ਕੁਝ ਦਿਨ ਪਹਿਲਾਂ ਬਰਨਾਲਾ ਦੇ ਪਿੰਡ ਉਗੋਕੀ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਸਿਰ ਵਿੱਚ ਬਾਲਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਘਟਨਾ ਦੇ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਪਿੰਡ ਵਾਸੀ ਸਵਾਲ ਉਠਾ ਰਹੇ ਨੇ। ਪਿੰਡ ਵਾਸੀਆਂ ਅਤੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੋਗਾ ਬਰਨਾਲਾ ਹਾਈਵੇ ਤੇ ਧਰਨਾ ਲਗਾ ਕੇ ਮੁਲਜ਼ਮ ਪਤੀ ਦੀ ਪ੍ਰੇਮਿਕਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਮੇਰੀ ਮੰਮੀ ਨੇ ਮਾਰਤਾ ਜੀ, ਹੁਣ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ। ਐਂ ਨਹੀਂ ਪਤਾ ਜੀ ਉੱਧਰੋਂ ਆ ਕੇ ਜੀ ਸਾਨੂੰ ਮਾਰਦੇ, ਕੋਈ ਪਤਾ ਹੀ ਨਹੀਂ ਗਾ ਜੀ ਉਹਨਾਂ ਦਾ ਵੀ ਜਨਾਨੀ ਪਿੱਛੇ ਲੱਗ ਕੇ ਜੀ। ਪਹਿਲਾਂ ਤਾਂ ਮੇਰੀ ਮੰਮੀ ਦੇ ਜੀ ਉਹਨੇ ਬਾਲਾ ਮਾਰਿਆ, ਬਾਅਦ 'ਚ ਹੁਣ ਭੱਠੀ ਕੋਲੋਂ ਇੱਟਾਂ ਚੱਕ ਕੇ ਲਿਆ ਕੇ ਉਹ ਮੇਰੀ ਮੰਮੀ ਦੇ ਨਾਲੇ ਸਿਰ 'ਤੇ ਮਾਰੀ, ਨਾਲੇ ਇਹਨਾਂ ਢਿੱਡ 'ਚ ਮਾਰੀ ਉਹਨੇ। ਬਾਅਦ 'ਚ ਹੁਣ ਹਸਪਤਾਲ ਉੱਥੇ ਮੇਰੇ ਭਾਈ ਨੇ ਹੈ ਨਾ ਗਲ ਗੁੱਠਾ ਦੇ ਲਿਆ ਸੀ ਜੀ। ਅਸੀਂ ਇਹ ਉਹਦੀ ਮੰਮੀ ਦੇ ਘਰ ਨਹੀਂ ਲਾਇਆ ਵੀ ਜੇ ਹੈ ਨਾ ਜਿਹੜੇ ਦੋਨੇ ਕਾਤਲ ਆ ਜੀ ਉਹਨਾਂ ਨੂੰ ਨਾਲੇ ਫੜਿਆ ਜਾਵੇ, ਨਾਲੇ ਜੀ ਉਹਨਾਂ ਦੀ ਫਾਂਸੀ ਦੀ ਸਜ਼ਾ ਹੋਈ ਜਾਵੇ। ਪਰਿਵਾਰ ਮੁਤਾਬਕ ਮੁਲਜ਼ਮ ਸ਼ਾਬਰ ਸਿੰਘ ਗੁਆਂਢੀਆਂ ਦੀ ਨੌਂ ਦੇ ਨਾਲ ਉਸਦੇ ਨਜਾਇਜ਼ ਸਬੰਧ ਸਨ, ਜਿਸ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਘਟਨਾ ਵਾਲੇ ਦਿਨ ਮਾਮੂਲੀ ਗੱਲ ਤੋਂ ਸ਼ਾਬਰ ਸਿੰਘ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮ੍ਰਿਤਕ ਔਰਤ ਮਨਦੀਪ ਕੌਰ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਸ਼ਾਬਰ ਸਿੰਘ ਅਤੇ ਉਸਦੀ ਪ੍ਰੇਮਿਕਾ ਰਣਜੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪਰ ਘਟਨਾ ਦੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਾਬਰ ਸਿੰਘ ਦੀ ਪ੍ਰੇਮਿਕਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਕਾਰਨ ਤਾਂ ਇਹ ਪਤੀ ਪਤਨੀ ਜਿਹੜੀ ਹੱਤਿਆ ਕੀਤੀ ਗਈ ਹੈ ਉਹਦੇ ਸੰਬੰਧ 'ਚ ਜਿਹੜੇ ਉਹਦੇ ਪਤੀ ਦੇ ਨਜਾਇਜ਼ ਸੰਬੰਧ ਨੇ, ਉਸ ਔਰਤ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਕਿੰਨੇ ਦਿਨ ਉਹਦੀ ਮੌਤ ਨੂੰ ਹੋ ਗਏ, ਹਜੇ ਤੱਕ ਪ੍ਰਸ਼ਾਸਨ ਨੇ ਇੰਨੀ ਢਿੱਲੀ ਕਾਰਗੁਜ਼ਾਰੀ ਦਿਖਾਈ ਆ, ਜਿਹਨੂੰ ਸਾਨੂੰ ਦੇਖਦੇ ਹੋਏ ਸਾਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਲੀਕਣਾ ਪਿਆ, ਕਿਉਂਕਿ ਸਾਡੇ ਜਥੇਬੰਦੀ ਦਲ ਜਿਵੇਂ ਹੋਰ ਬਹੁਤ ਹੀ ਇਸ ਕਰਕੇ ਸਾਡੇ ਜ਼ਿਲ੍ਹਾ ਪ੍ਰਧਾਨ ਜਾਂ ਹੋਰ ਨਹੀਂ ਪਹੁੰਚ ਸਕੇ, ਇੱਥੇ ਮੇਰੀ ਡਿਊਟੀ ਲੱਗੀ ਆ ਵੀ ਤੁਸੀਂ ਇਹਨੂੰ ਕੰਟਰੋਲ ਕਰੋ ਜਾ ਕੇ ਜਿਵੇਂ ਵੀ ਹੁੰਦਾ ਗਾ। ਸੋ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਇਸ ਲਈ ਉਹ ਕਰਦੇ ਹਾਂ ਵੀ ਜੇ ਤੁਸੀਂ ਉਸ ਔਰਤ ਨੂੰ ਗ੍ਰਿਫਤਾਰ ਕਰੋਗੇ ਸਾਨੂੰ ਫਿਰ ਪੂਰੇ ਭਰੋਸੇ ਦੇ ਵਿੱਚ ਲੈ ਕੇ ਫਿਰ ਹੀ ਅਸੀਂ ਇਹ ਪ੍ਰਦਰਸ਼ਨ ਉਹ ਕਰਾਂਗੇ, ਨਹੀਂ ਅਸੀਂ ਅਗਲਾ ਐਕਸ਼ਨ ਲਿਖਣ ਦੇ ਲਈ ਹੋਰ ਮਜਬੂਰ ਹੋਵਾਂਗੇ। 6 ਤਰੀਕ ਦੀ ਰਾਤ ਨੂੰ ਮੇਰੇ ਪਿੰਡ ਖੁੱਡੀ ਕਲਾਂ ਦੀ ਲੜਕੀ ਜਿਹੜੀ ਪਿੰਡ ਉਗੋ ਕੇ ਵਿਆਹੀ ਹੋਈ ਸੀ, 20-22 ਸਾਲ ਪਹਿਲਾਂ ਉਹਦੀ ਸ਼ਾਦੀ ਹੋਈ ਅਤੇ ਉਹਦੇ ਪਤੀ ਨੇ ਪਰਾਈ ਔਰਤ ਦੇ ਨਾਲ ਲੱਗ ਕੇ ਸ਼ਾਮ ਨੂੰ ਤਕਰੀਬਨ 7:30-8 ਵਜੇ ਉਹਦੇ ਸਿਰ 'ਚ ਬਾਲਾ ਮਾਰ ਕੇ ਉਹਨੂੰ ਮਾਰ ਦਿੱਤਾ ਹੈ ਅਤੇ ਨਾਲ ਆਪਣੇ ਬੇਟੇ ਨੂੰ ਵੀ ਫੱਟੜ ਕਰ ਦਿੱਤਾ, ਉਹਦੇ ਵੀ ਟਾਂਕੇ ਲੱਗੇ ਨੇ। ਉਹਦੀ ਮੌਤ ਤੋਂ ਬਾਅਦ ਭਾਵੇਂ ਉਹ ਬੰਦਾ ਸਰਕਾਰੀ ਤੌਰ 'ਤੇ ਹਜੇ ਕਾਗਜ਼ਾਂ 'ਚ ਗ੍ਰਿਫਤਾਰ ਨਹੀਂ ਕੀਤਾ, ਉਹ ਗ੍ਰਿਫਤਾਰ ਸਾਨੂੰ ਪਤਾ ਲੱਗਿਆ ਵੀ ਉਹ ਗੱਲਾ ਗ੍ਰਿਫਤਾਰ ਹੋਇਆ, ਬਾਕੀ ਜਿਹੜੀ ਔਰਤ ਆ ਜਿਹੜੀ ਪਰਚੇ ਦੇ ਵਿੱਚ ਆ ਉਹਨੂੰ ਅਜੇ ਤੱਕ ਕੋਈ ਗ੍ਰਿਫਤਾਰੀ ਉਹਦੀ ਨਹੀਂ ਹੋਈ। ਇਹ ਸਾਰਾ ਇਲਾਕਾ ਇਕੱਲਾ ਉਗੋ ਪਿੰਡ ਨਹੀਂ ਜਾਂ ਖੁੱਡੀ ਪਿੰਡ ਨਹੀਂ, ਸਾਰੇ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਔਰ ਸਾਰੇ ਲੋਕ ਸ਼ਾਂਤਮਈ ਢੰਗ ਦੇ ਨਾਲ ਇਹ ਚਾਹੁੰਦੇ ਨੇ ਕਿ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ। ਪਿੰਡ ਵਾਸੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਗੰਭੀਰ ਇਲਜ਼ਾਮ ਲਗਾਏ ਨੇ। ਨਾਲ ਹੀ ਪੁਲਿਸ ਨੇ ਇਲਜ਼ਾਮ ਲੱਗੇ ਨੇ ਕਿ ਉਹ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਧਮਕਾ ਰਹੀ ਹੈ। ਮਸਲਾ ਸਾਈਬਰ ਸਿੰਘ ਇੱਕ, ਉਹਨੇ ਆਪਣੇ ਘਰ ਆਏ ਦੇ ਸੱਚ ਬਾਲਾ ਮਾਰ ਕੇ ਉਹਦਾ ਕਤਲ ਕਰਤਾ ਸੀਗਾ 5 ਤਰੀਕ ਨੂੰ। ਉਦਣ ਹੀ ਰਾਤ ਨੂੰ ਪਰਚਾ ਦਰਜ ਰਜਿਸਟਰਡ ਹੋ ਗਿਆ ਸੀਗਾ ਅਤੇ ਸਾਈਬਰ ਸਿੰਘ ਨੂੰ ਜਿਹੜਾ ਕੱਲ੍ਹ ਹੈ ਉਹਨੂੰ ਮੁਕਦਮੇ 'ਚ ਅਰੈਸਟ ਕਰ ਲਿਆ ਅਤੇ ਉਹ ਪੁਲਿਸ ਰਿਮਾਂਡ ਦੇ ਵਿੱਚ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ ਜੇ। ਉਹਦੇ ਨਾਲ ਇੱਕ ਰਣਜੀਤ ਕੌਰ ਹੈ ਜਿਹੜੀ ਦੋਸ਼ੀ ਦਾ ਮੁਕੱਦਮੇ ਦੇ ਵਿੱਚ, ਉਹ ਅਜੇ ਭੱਜੀ ਹੋਈ ਹੈ, ਉਹਨੂੰ ਅਰੈਸਟ ਕਰਨਾ ਬਾਕੀ ਹੈ। ਅਤੇ ਲੋਕਾਂ ਦੀ ਮੰਗ ਹੈ ਵੀ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਉਹਦੇ ਪਿੱਛੇ ਲੱਗੀ ਹੋਈ ਹੈ, ਸੋਰਸ ਲਾਏ ਹੋਏ ਨੇ ਅਤੇ ਉਹਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਛਾਪੇਮਾਰੀ ਕਰੀ ਜਾਂਦੀ ਹੈ ਅਤੇ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਗਲਤ ਹੈ, ਝੂਠੇ ਨੇ, ਇਹ ਕੋਈ ਗੱਲ ਨਹੀਂ ਹੈ। ਪੁਲਿਸ ਨੂੰ ਪਤਾ ਹੋਇਆ ਪੁਲਿਸ ਅਰੈਸਟ ਨਾ ਕਰੇ,
ਪੁਲਿਸ ਉਹਦੇ ਰਿਸ਼ਤੇਦਾਰੀਆਂ ਦੇ ਵਿੱਚ ਛਾਪੇਮਾਰੀ ਕਰ ਰਹੀ, ਜਿੱਥੇ ਵੀ ਮਿਲ ਗਈ ਉਹਨੂੰ ਅਰੈਸਟ ਕੀਤਾ ਜਾਊਗਾ। ਪਿੰਡ ਵਾਸੀਆਂ ਵਿੱਚ ਔਰਤ ਦੀ ਮੌਤ ਤੋਂ ਬਾਅਦ ਜਿੱਥੇ ਰੋਸ ਪਾਇਆ ਜਾ ਰਿਹਾ, ਉੱਥੇ ਹੀ ਪੁਲਿਸ ਦੀ ਕਾਰਗੁਜ਼ਾਰੀ ਕਈ ਸਵਾਲ ਖੜੇ ਕਰਦੀ ਹੈ। ਦੇਖਣਾ ਹੋਵੇਗਾ ਪੀੜਤ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।